ਪੰਜਾਬੀ 'ਚ ਆਏ ਦਿਨ ਕੋਈ ਨਾ ਕੋਈ ਨਵਾਂ ਗਾਣਾ ਲਾਂਚ ਹੁੰਦਾ, ਜਿਨ੍ਹਾਂ 'ਚ ਕਦੇ ਹਥਿਆਰ, ਕਦੇ ਲੱਚਰਪੁਣਾ ਜਾਂ ਫਿਰ ਕੋਈ ਐਸੀ ਗੱਲ ਜ਼ਰੂਰ ਦਿਖ ਜਾਂਦੀ ਹੈ ਜੋ ਯੂਥ 'ਤੇ ਆਪਣਾ ਗੂੜਾ ਅਸਰ ਛੱਡ ਜਾਂਦੀ ਹੈ। ਅਜਿਹੇ ਹੀ ਗਾਣੇ ਗਾਉਣ ਦੇ ਇਲਜ਼ਾਮ ਲੱਗੇ ਸੀ ਸਿੱਧੂ ਮੂਸੇਵਾਲੇ 'ਤੇ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਇੱਕ ਚਿੱਠੀ ਲਿਖੀ ਹੈ। ਕੀ ਲਿਖਿਆ ਇਸ ਚਿੱਠੀ 'ਚ, ਤੁਸੀਂ ਵੀ ਸੁਣੋ। ਮੇਰੇ ਬੇਟੇ ਸਿੱਧੂ ਮੂਸੇਵਾਲੇ ਵਿਰੁੱਧ ਜੋ ਗੈਰ ਕਾਨੂੰਨੀ ਭੜਕਾਊ ਗਾਣੇ ਗਾਉਣ ਬਾਰੇ ਸ਼ਿਕਾਇਤ ਸ਼੍ਰੀ ਪੰਡਿਤ ਰਾਓ ਤ੍ਰੇਨਵਰ ਜੀ ਵੱਲੋਂ ਕੀਤੀ ਗਈ ਹੈ, ਉਸ ਸੰਬੰਧੀ ਜੋ ਸ਼ਿਕਾਇਤ ਵਿੱਚ ਦਰਜ ਗਾਣੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਆਦਿ ਰਿਕਾਰਡ ਕਰਵਾਏ ਨੇ। ਇਹ ਮੇਰੇ ਪਿੰਡ ਦੀ ਸਰਪੰਚ ਬਣਨ ਤੋਂ ਤਕਰੀਬਨ 1.5-2 ਸਾਲ ਪਹਿਲਾਂ ਗਾਇਆ ਗਿਆ ਹੈ। ਮੇਰੇ ਸਰਪੰਚ ਬਣਨ ਤੋਂ ਬਾਅਦ ਮੈਂ ਮੇਰੇ ਪੁੱਤਰ ਨੂੰ ਅਜਿਹੇ ਗਾਣੇ ਜੋ ਭੜਕਾਉਣ ਵਾਲੇ ਹੋਣ ਰੋਕਣ ਲਈ ਨਸੀਹਤ ਦੇ ਰਹੀ ਹਾਂ, ਅਤੇ ਉਸਨੇ ਅਜਿਹਾ ਗਾਣਾ ਨਹੀਂ ਗਾਇਆ ਅਤੇ ਭਵਿੱਖ ਦੇ ਵਿੱਚ ਵੀ ਅਜਿਹਾ ਗਾਵੇਗਾ ਵੀ ਨਹੀਂ, ਅਤੇ ਬਾਬਾ ਨਾਨਕ ਦੀ ਬਾਣੀ ਦੇ ਗਾਣੇ ਵੀ ਗਾਏਗਾ। ਸੁਨੰਦਾ ਸ਼ਰਮਾ ਦੀ ਲਿਖੀ ਚਿੱਠੀ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਦੀ ਮਾਤਾ ਵੱਲੋਂ ਲਿਖੀ ਗਈ ਚਿੱਠੀ 'ਤੇ ਤੁਹਾਡੀ ਕੀ ਰਾਏ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ।